ਜਿੱਥੇ ਅੱਜ ਦੇ ਬਰਨਾਲੇ ਜਿਹੜਾ ਅਗਰਸੇਨ ਚੌਂਕ ਦਾ ਉਦਘਾਟਨ ਕੀਤਾ ਗਿਆ, ਜਿੱਥੇ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਮੈਂ ਉਹਦੀ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ। ਉੱਥੇ ਮੈਂ ਪੂਰੀ ਦੁਨੀਆ 'ਚ ਵੱਸਦੇ ਅਗਰਸੇਨ ਦੇ ਪੁੱਤਾਂ ਨੂੰ ਅਗਰਸੇਨ ਜਯੰਤੀ ਦੀ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ, ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਇਸ ਭਾਈਚਾਰੇ ਦਾ ਸਾਡੇ ਦੇਸ਼ ਦੀ ਅਰਥ ਵਿਵਸਥਾ 'ਚ ਵੈਸੇ ਤਾਂ ਹਰ ਕਿਤੇ ਯੋਗਦਾਨ ਹੈ, ਪਰ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਅਤੇ ਦੇਸ਼ ਦੇ ਨੌਜਵਾਨ ਰੁਜ਼ਗਾਰ ਦੇਣ ਲਈ ਬਹੁਤ ਵੱਡਾ ਜਿਹੜਾ ਯੋਗਦਾਨ ਹੈ, ਅਤੇ ਹੁਣ ਤੋਂ ਨਹੀਂ ਸਦੀਆਂ ਤੋਂ ਜਿਹੜਾ ਉਹ ਚੱਲਦਾ ਆਉਂਦਾ, ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ, ਅਤੇ ਨਾਲ ਨਾਲ ਜਿੱਥੇ ਅਰਥਚਾਰੇ 'ਚ ਜਿਹੜੀ ਮਦਦ ਜਿਹੜੀ ਆ ਹੋ ਰਹੀ ਆ, ਉੱਥੇ ਨਾਲ ਨਾਲ ਜਿਹੜੀ ਅਗਰਸੇਨ ਜੀ ਵੱਲੋਂ ਸ਼ੁਰੂ ਕੀਤੀ ਪ੍ਰਥਾ ਕਿ 1 ਰੁਪਇਆ ਅਤੇ 1 ਇੱਟ ਦਾਨ ਵਾਲੀ, ਉਸ ਪ੍ਰਥਾ 'ਤੇ ਅੱਜ ਵੀ ਇਹ ਜਿਹੜਾ ਭਾਈਚਾਰਾ ਪਹਿਰਾ ਦੇ ਰਿਹਾ, ਅਤੇ ਜਿੰਨੇ ਵੀ ਕਿਉਂਕਿ ਪੂਰੇ ਦੇਸ਼ ਦੇ ਵਿੱਚ ਚਾਹੇ ਉਹ ਵਿੱਦਿਅਕ ਅਦਾਰੇ ਹੋਣ, ਚਾਹੇ ਉਹ ਹੋਸਪਿਟਲ ਹੋਣ, ਚਾਹੇ ਉਹ ਧਰਮਸ਼ਾਲਾ ਹੋਣ, ਅਤੇ ਚਾਹੇ ਕਿਸੇ ਧਾਰਮਿਕ ਸਥਾਨ 'ਤੇ ਕਿਤੇ ਕੋਈ ਲੰਗਰ ਲਾਉਣ ਦੀ ਗੱਲ ਹੋਵੇ, ਚਾਹੇ ਕੋਈ ਸਾਡੇ ਬਰਨਾਲੇ ਵੀ ਇੱਥੇ ਅਲੱਗ ਅਲੱਗ ਜਗ੍ਹਾ 'ਤੇ ਸਮਾਜ ਸੇਵੀ ਕੰਮ ਨੇ, ਹਰ ਜਗ੍ਹਾ ਇਹ ਭਾਈਚਾਰਾ ਅੱਗੇ ਹੋ ਕੇ ਜਿਹੜੀ ਮਦਦ ਹੈ ਉਹ ਕਰਦਾ। ਸੋ ਮੈਂ ਜਿੱਥੇ ਸਾਰੇ ਬਰਨਾਲਾ ਦੇ ਅਗਰਵਾਲ ਭਾਈਚਾਰੇ ਨੂੰ ਬਹੁਤ ਵਧਾਈ ਦਿੰਦਾ, ਉੱਥੇ ਅਗਰਸੇਨ ਜੀ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਜਿਹੜਾ ਭਾਈਚਾਰਾ ਵਧਦਾ ਫੁੱਲਦਾ ਰਹੇ, ਕਿਉਂਕਿ ਇਸ ਭਾਈਚਾਰੇ ਦੇ ਵਧਣ ਫੁੱਲ ਨਾਲ ਜਿਹੜਾ ਦੇਸ਼ ਹੈ ਉਹ ਵਧੂਗਾ। ਦੇਖੋ ਨਹਿਰੂ ਚੌਂਕ ਦਾ ਵੀ ਟੈਂਡਰ ਲੱਗ ਕੇ ਵਰਕ ਵੀ ਲੋਟ ਹੋਇਆ ਹੋਇਆ, ਉਹ ਵੀ ਬੜੀ ਜਲਦੀ ਜਿਹੜਾ ਉਹ ਬਣ ਜੂਗਾ। ਮੈਂ ਅਸ਼ੋਕ ਕੁਮਾਰ, ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ। ਇਹ ਅਗਰਵਾਲ ਮਹਾਰਾਜ ਅਗਰਸੇਨ ਦੀ ਜਯੰਤੀ ਹਰ ਸਾਲ ਦੀ ਤਰ੍ਹਾਂ ਅਸੀਂ ਮਨਾ ਰਹੇ ਹਾਂ। ਇੱਥੇ ਮਨਾਉਂਦੇ ਨੂੰ 20-25 ਸਾਲ ਹੋ ਗਏ। ਅਗਰਵਾਲ ਸਭਾਵਾਂ ਹਰ ਸ਼ਹਿਰ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਬਣੀਆਂ ਹੋਈਆਂ ਨੇ। ਪੂਰੇ ਹਿੰਦੁਸਤਾਨ ਦੇ ਵਿੱਚ ਮਹਾਰਾਜਾ ਅਗਰਸੇਨ ਜਯੰਤੀ ਮਨਾਈ ਜਾਂਦੀ ਹੈ। ਇਹ 3 ਤਰੀਕ ਤੋਂ ਸ਼ੁਰੂ ਹੋ ਕੇ 15 ਦਿਨ ਤੱਕ ਇਹ ਚੱਲਦੀ ਹੈ, ਪਹਿਲੇ ਨਰਾਤੇ ਤੋਂ ਲੈ ਕੇ ਲਾਸਟ ਤੱਕ। ਅੱਜ ਇਸ ਚੌਂਕ ਦੇ ਵਿੱਚ ਮਨਾਈ ਗਈ, ਸਾਰਾ ਅਗਰਵਾਲ ਸਮਾਜ ਸ਼ਹਿਰ ਦਾ ਇੱਥੇ ਇਕੱਠਾ ਹੋਇਆ। ਸਮਾਜ ਨੇ ਪੂਰਾ ਸਮਰਥਨ ਦਿੱਤਾ, ਪੂਰਾ ਸਾਡਾ ਸਮਾਜ ਇੱਕ ਹੋ ਕੇ ਇਸ ਜਯੰਤੀ ਨੂੰ ਪੂਰੇ ਧੂਮਧਾਮ ਨਾਲ ਮਨਾਇਆ। ਮੈਂ ਮੋਹਿਤ ਗਰਗ ਹਾਂ, ਅਤੇ ਅੱਜ ਜਿਹੜਾ ਅਗਰਵਾਲ ਜਯੰਤੀ ਦੇ ਮੌਕੇ ਦੇ ਉੱਪਰ ਚੌਂਕ ਦਾ ਜਿਹੜਾ ਉਦਘਾਟਨ ਕੀਤਾ ਗਿਆ, ਸਾਡੇ ਹਲਕੇ ਦੀ ਲੋਕ ਸਭਾ ਦੇ ਉਮੀਦਵਾਰ ਆਪਣੇ MP ਗੁਰਮੀਤ ਸਿੰਘ ਮੀਥੇਰ ਜੀ ਵੱਲੋਂ, ਅਤੇ ਸਾਰੇ ਸਮਾਜ ਨੇ ਬੜਾ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਇਆ, ਅਤੇ ਉਹਨਾਂ ਦਾ ਸਵਾਗਤ ਵੀ ਕੀਤਾ, ਅਤੇ ਨਾਲ ਸ਼ਹਿਰ ਵਾਸੀਆਂ ਨੂੰ ਨਵੀਂ ਦਿੱਖ ਵਾਲਾ ਚੌਂਕ ਜਿਹੜਾ ਮਹਾਰਾਜ ਅਗਰਸੇਨ ਜਯੰਤੀ ਦੇ ਉੱਪਰ ਅਸੀਂ ਅੱਜ ਉਹਦਾ ਉਦਘਾਟਨ ਕੀਤਾ। ਕਿੰਨੇ ਸਾਲ ਤੋਂ ਮਨਾਉਂਦੇ ਆ ਰਹੇ ਹੋ? ਕਾਫੀ ਸਾਲਾਂ ਤੋਂ, ਜਿਹੜਾ ਪੰਜਾਬ ਵਿਖੇ ਅਸੀਂ ਇੱਥੇ ਬਰਨਾਲੇ ਵਿਖੇ ਵੀ, ਕੱਲ੍ਹ ਜਿਹੜਾ ਸਟੇਟ ਲੈਵਲ ਦਾ ਪ੍ਰੋਗਰਾਮ ਸੁਨਾਮ ਸੀ, ਉੱਥੇ ਵੀ ਮਾਣਯੋਗ MP ਮੌਜੂਦ ਸੀ, ਅਤੇ ਸਾਡੀ ਸਾਰੀ ਬਰਨਾਲੇ ਦੀ ਟੀਮ ਵੀ ਉੱਥੇ ਸੁਨਾਮ ਵਿਖੇ ਜਾ ਕੇ ਅਗਰਵਾਲ ਜਯੰਤੀ ਦੇ ਮੌਕੇ 'ਤੇ ਹਾਜ਼ਰ ਸੀ। ਤਾਂ ਅੱਜ ਅਸੀਂ ਬਰਨਾਲਾ ਵਿਖੇ ਇਸ ਚੌਂਕ ਦੇ ਉਦਘਾਟਨ ਦੇ ਨਾਲ ਇੱਥੇ ਮਹਾਰਾਜ ਅਗਰਸੇਨ ਜੀ ਨੂੰ ਮੱਥਾ ਟੇਕ ਕੇ ਅੱਜ ਅਸੀਂ ਇਸ ਦਿਨ ਦੀ ਸ਼ੁਰੂਆਤ ਕੀਤੀ ਹੈ। ਅੱਜ ਬਰਨਾਲਾ ਵਿਖੇ ਜਿਹੜਾ ਮਹਾਰਾਜ ਅਗਰਸੇਨ ਜੀ ਹੈ ਉਹਨਾਂ ਨਾਂ 'ਤੇ ਚੌਂਕ ਬਣਿਆ, ਉਹਦਾ ਉਦਘਾਟਨ ਕੀਤਾ ਗਿਆ, ਜਿੱਥੇ ਮੈਂ ਉਹਨਾਂ ਦੀ ਜਯੰਤੀ ਦੀ ਅਤੇ ਚੌਂਕ ਦੀ ਜਿਹੜੇ ਇੱਥੋਂ ਦੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਜਿਹੜੇ ਮਹਾਰਾਜ ਅਗਰਸੇਨ ਜੀ ਨੇ ਉਹਨਾਂ ਨੇ ਸਮਾਜ ਨੂੰ, ਆਮ ਲੋਕਾਂ ਨੂੰ ਸਹੀ ਰਸਤਾ ਦਿਖਾਉਣ ਲਈ, ਉਹਨਾਂ ਲਈ ਜਿਹੜੇ ਬਹੁਤ ਉਹਨਾਂ ਨੂੰ ਸਹੀ ਦਿਸ਼ਾ ਦੇਣ ਲਈ ਵੱਡੇ ਉਪਰਾਲੇ ਕੀਤੇ, ਅਤੇ ਅੱਜ ਬੜੀ ਖੁਸ਼ੀ ਹੈ ਵੀ ਅਸੀਂ ਉਹਨਾਂ ਦਾ ਜਿਹੜਾ ਦਿਨ ਮਨਾ ਰਹੇ। ਉਹਦੀ ਮੈਂ ਇੱਕ ਵਾਰ ਫਿਰ ਜਿਹੜਾ ਸਾਰਾ ਅਗਰਵਾਲ ਭਾਈਚਾਰੇ ਨੂੰ, ਇੱਥੋਂ ਦੇ ਸ਼ਹਿਰੀਆਂ ਨੂੰ, ਸਾਰੇ ਇਲਾਕਿਆਂ ਵਾਸੀਆਂ ਨੂੰ ਵਧਾਈ ਦਿੰਦਾ ਬਹੁਤ ਬਹੁਤ।